Yeah.
की सहाय वार्षिक भोगी की पाक्ष दसवीं प्रथम भोगी सिमर कह गुरु नानक लई त्याय फिर अंगद गुरु तेग बहादुर रामदास की सहाय अर्जन हर गोविंद नाम सिमरो श्री हर राय श्री हर कृष्ण त्याय जिस रिठे साधु जाए आप जी के चरण कमलों में जा विराजे हैं पिछले दिन अकाल चलाना कर गए सन तिना की आत्मक शांति वास्ते परिवार ने ग्रह विखे गुरबाणी के पाठ करवाए हैं पावन अस्थान से इलाही बाणी के कीर्तन गुर शब्द दचार आनंद साहब जी के पाठ जी की अरदास है भुल चुक की खिमा बख्शो सच्चे पातशाह जी को सरदार जगपाल सिंह जी पासों संसारक यात्रा करद्या होइया जाने अणजाने भुलों की खिमा बख्शनी कृपा करो विछड़ी आत्मा चरणों में निवास बख्शो गुरबाणी का कीर्तन का बल अते फल आत्मा पहुँचा आत्मा सदीवी काल के चरणों में निवास बख्शना पिछे परिवार को संगत को भाणा मनण का बल बख्शिश करना सेवक परिवार ने आप जी के पावन स्थान से तन मन धन करके सेवा की है सिधारे कर मन जन सेवा रहन ना पावे सुर नर देवा उठ सिधारे कर मन जन सेवा जीवत पेखे जिने हर हर त्याया साध संग तिनि दर्शन पाया सो निहाल बेनती करांगे सले आवे नानका सतगुरु जी दे महापाक अनुसार जिन्नी सासा रूपी पूंजी मेरे बड़े वीर कृपाल सिंह होना गुरु महाराज ने बख्शिश की सी वो भोगे गुरु चरणा में जाता ने सरदार जगपाल सिंह जो के कुछ दिन पहला अपन सुधीर विशोड़ा ले गए सरदार जगपाल सिंह जोना जी अरदास शामिल होने ले गुरु महाराज के चरणों में आदरणीय लौट आए बापू जगपाल सिंह जी जिन्हें वैगुरु पासों सत्संग गुरु जी बख्शी के सी उस पूरा कर दे गुरु चरणों में जी जाना जे ने अच्छा पास सत्कार के कर दे या दर्शन कर जगपाल सिंह होना जी अरदास साधु का तेरा
Thank you.
Thank you.
Thank you.
Oh,
ਮਨੁੱਖਾ ਜਨਮ ਪ੍ਰਾਪਤ ਹੋਇਆ ਹੈ, ਇਹ ਬੜਾ ਅਮੋਲਕ ਹੈ। ਸਾਨੂੰ ਦੀ ਗੁਰਬਾਣੀ ਦੇ ਵਚਨ ਕਰ ਰਹੇ ਨੇ, ਜਨਮ ਰਤਨ ਜਿਨ ਖੱਟਿਆ ਭਲੇ ਸੇ ਬਣ ਜਾਣੇ, ਜਿਨ੍ਹਾਂ ਨੇ ਇਹ ਮਨੁੱਖਾ ਜਨਮ ਪਾ ਕੇ ਇਸ ਜੀਵ ਨੂੰ ਸਫਲ ਕਰਕੇ ਗਏ ਨੇ, ਉਹਨਾਂ ਦਾ ਸੰਸਾਰ 'ਤੇ ਆਉਣਾ ਸਫਲ ਹੈ। ਪਹਿ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰੂ ਨਾਦੇ, ਐਸੇ ਮਨੁੱਖਾਂ ਨੂੰ ਜਿਹੜੇ ਪਰਮੇਸ਼ੁਰ ਦਾ ਨਾਮ ਜਪਦੇ ਨੇ, ਸਿਮਰਨ ਕਰਦੇ ਨੇ, ਸਤਿ ਬਾਣੀ ਦੇ ਬਚਨ ਕਰਦੇ ਨੇ, ਕਹਿੰਦੇ ਨੇ ਜਿਨੀ ਨਾਮ ਤੇ ਆਇਆ ਗਏ ਸਕਤ ਧਾਲ, ਨਾਨਕ ਤੇ ਉਜਲੇ ਕੀਤੀ ਛੁੱਟੀ ਨਾਲ। ਜਿਹੜੇ ਮੁਸ਼ਕਤ ਕਰਕੇ ਪਰਮੇਸ਼ੁਰ ਦਾ ਨਾਮ ਜਪ ਕੇ ਆਪਣੇ ਜੀਵਨ ਨੂੰ ਸਫਲ ਕਰਕੇ ਜਾਂਦੇ ਨੇ, ਉਹਨਾਂ ਦਾ ਇੱਥੇ ਵੀ ਸਤਿਕਾਰ ਹੈ ਤੇ ਅੱਗੇ ਜਾ ਕੇ ਵੀ ਰੇਰੇ ਦਰਗਹਿ ਕਹੇ ਨਾ ਕੋ ਆਓ ਬੈਠ ਆਦਰ ਸ਼ੁਭ ਦੇ, ਉਹਨਾਂ ਨੂੰ ਅੱਗੇ ਜਾ ਕੇ ਸਤਿਕਾਰ ਮਿਲਦਾ ਹੈ। ਤੋ ਸਾਨੂੰ ਬਖਸ਼ਿਸ਼ਕਰ ਦੀ ਸਾਤਮਾ ਦੀ ਸ਼ਾਂਤੀ ਵਾਸਤੇ ਇਕੱਤਰ ਹੋਇਆ ਸਾਰਿਆਂ ਨੇ ਅਰਦਾਸ ਕਰਨੀ ਹੈ, ਸਤਿਗੁਰ ਦੀ ਕਿਰਪਾ ਕਰਨ ਵਿੱਚ ਰੂਹ ਨੂੰ ਸਦੀਵੀ ਕਾਲ ਗੁਰੂ ਤਰਨ ਨਾਲ ਬਖਸ਼ਿਸ਼ਕਰ ਨਾਲ ਇੱਕ ਸ਼ਬਦ ਹੁਕਮ ਹੋਇਆ ਸੀ, ਮਿੱਤਰ ਪਿਆਰੇ ਬਾਲ ਗੁਰੀ ਨਾਲ ਰੱਖੇ ਨਾ, ਆਓ ਬੜੇ ਪਿਆਰ ਦਾ ਸ਼ਬਦ ਸੁਣ ਕਰੀਏ, ਉਸ ਤੋਂ ਬਾਅਦ ਕੀਰਤਨ ਦੀ ਸਮਾਪਤੀ ਕਰਨਾ। ਸ਼ਬਦ ਗਾਵਣਿਆ ਪਾਇਆ ਮਨ ਮੇਰੇ ਸਭ ਸਾਰਿਆ
ਸਾਹਿਬਾ ਗਿਆਨ ਹੀ ਧਰਤੇ ਸਾਹਿਬ ਜੀ ਸਦਾ
ਗੁਰੂ ਖਾਲਸੇ ਜੀ ਕੀ ਬੋਲ ਕਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭੋਸਾ ਦਾਨ ਦਾਨਾ ਸਿਰ ਦਾਨ ਹੱਥ ਪਾਤਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੇ ਦਾਗ ਸੇਵਾ ਸੁਭਾਅ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਰਦਾਣਿਆਂ ਦੇ ਦਾਨ ਆਪ ਜੀ ਦੇ ਚਰਨ ਕਮਲਾਂ ਵਿੱਚ ਜਾ ਵਿਰਾਜੇ ਹਨ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਸਨ ਤਿਨ੍ਹਾਂ ਦੀ ਆਤਮਕ ਸ਼ਾਂਤੀ ਵਾਸਤੇ ਪਰਿਵਾਰ ਨੇ ਗ੍ਰਹਿ ਵਿਖੇ ਗੁਰਬਾਣੀ ਦੇ ਪਾਠ ਕਰਵਾਏ ਹਨ ਪਾਵਨ ਅਸਥਾਨ ਅਤੇ ਇਲਾਹੀ ਬਾਣੀ ਦੇ ਕੀਰਤਨ ਗੁਰ ਸ਼ਬਦ ਦੀਆਂ ਵਿਚਾਰਾਂ ਆਨੰਦ ਸਾਹਿਬ ਜੀ ਕੇ ਪਾਠ ਜੀ ਕੀ ਅਰਦਾਸ ਹੈ ਭੁੱਲ ਚੁੱਕ ਦੀ ਖਿਮਾ ਬਖਸ਼ੋ ਸੱਚੇ ਪਾਤਸ਼ਾਹ ਜੀ ਉਹ ਸਰਦਾਰ ਜਗਪਾਲ ਸਿੰਘ ਜੀ ਪਾਸੋਂ ਸੰਸਾਰਕ ਯਾਤਰਾ ਕਰਦਿਆਂ ਹੋਇਆਂ ਹੋਈਆਂ ਜਾਣੇ ਅਣਜਾਣੇ ਭੁੱਲਾਂ ਦੀ ਖਿਮਾ ਬਖਸ਼ਣੀ ਕਿਰਪਾ ਕਰੋ ਵਿਛੜੀ ਆਤਮਾ ਨੂੰ ਚਰਨਾਂ ਵਿੱਚ ਨਿਵਾਸ ਬਖਸ਼ੋ ਗੁਰਬਾਣੀ ਦਾ ਕੀਰਤਨ ਦਾ ਬਲ ਅਤੇ ਫਲ ਆਤਮਾ ਨੂੰ ਪਹੁੰਚਾਉਣਾ ਆਤਮਾ ਨੂੰ ਸਦੀਵੀ ਕਾਲ ਲਈ ਚਰਨਾਂ ਵਿੱਚ ਨਿਵਾਸ ਬਖਸ਼ਣਾ ਪਿੱਛੇ ਪਰਿਵਾਰ ਨੂੰ ਸੰਗਤ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨਾ ਸੇਵਕ ਪਰਿਵਾਰ ਨੇ ਆਪ ਜੀ ਦੇ ਪਾਵਨ ਅਸਥਾਨ 'ਤੇ ਤਨ ਮਨ ਧੰਨ ਕਰਕੇ ਸੇਵਾ ਕੀਤੀ ਹੈ ਥਾਂ ਹੋਏ ਹਨ ਲੋਕ ਪ੍ਰਲੋਕ ਪੜ੍ਹਦੇ ਪਤਨੇ ਇੱਜ਼ਤ ਮਾਣ ਸਤਿਕਾਰ ਬਖਸ਼ਣ ਕੜਾ ਪ੍ਰਸ਼ਾਦ ਦੀਆਂ ਦੇਗਾਂ ਹਾਜ਼ਰ ਕੀਤੀਆਂ ਗਈਆਂ ਹਨ ਦਰ ਪ੍ਰਵਾਨ ਕਰੋ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਹੁਕਮਨਾਮਾ ਬਖਸ਼ੋ ਹੁਕਮ 'ਤੇ ਚੱਲਣ ਦੀ ਸਮਰੱਥਾ ਬਲ ਬੁੱਧ ਬਖਸ਼ਣੀ ਸੰਗਤ ਦੀ ਹਾਜ਼ਰੀ ਪ੍ਰਵਾਨ ਕਰਨੀ ਸਹੀ ਪਿਆਰੇ ਵੇਲੋ ਜਿਨ੍ਹਾਂ ਦੇ ਦਿਲ 'ਤੇ ਆਪ ਜੀ ਦਾ ਨਾਮ ਚੇਤਾ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਗਿਆ ਭਈ ਅਕਾਲ ਕੀ ਤਵੇ ਚਲਾਇਓ ਸਭ ਸਿੱਖਾਂ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲਵੋ ਚੈ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਸੋਹੀ ਮਹਲਾ ਪੰਜਵਾਂ ਰਹਿਣ ਨਾ ਪਾਵੇ ਸੁਰ ਨਰ ਦੇਵਾ ਊਠ ਸਿਧਾਰੇ ਕਰ ਮਨ ਜਨ ਸੇਵਾ ਰਹਿਣ ਨਾ ਪਾਵੇ ਸੁਰ ਨਰ ਦੇਵਾ ਊਠ ਸਿਧਾਰੇ ਕਰ ਮਨ ਜਨ ਸੇਵਾ ਜੀਵਤ ਪੇਖੇ ਜਿਨੇ ਹਰ ਹਰ ਧਿਆਇਆ ਸਾਧ ਸੰਗ ਤਿਨੀ ਦਰਸ਼ਨ ਪਾਇਆ ਰਹਾਉ ਬਾਦਸ਼ਾਹ ਸ਼ਾਹ ਵਾਪਾਰੀ ਮਰਨਾ ਜੋ ਦੀਸੈ ਸੋ ਕਾਲੈ ਖਰਨਾ ਕੂੜੈ ਮੋਹੇ ਲਪਟ ਲਪਟਾਨਾ ਛੋੜ ਚੱਲਿਆ ਤਾਂ ਫਿਰ ਪਛਤਾਨਾ ਕਿਰਪਾ ਨਿਧਾਨ ਨਾਨਕ ਕਉ ਕਰੋ ਦਾਤ ਨਾਮ ਤੇਰਾ ਜਪੀ ਦਿਨ ਰਾਤ ਕਿਰਪਾ ਨਿਧਾਨ ਨਾਨਕ ਕਉ ਕਰੋ ਦਾਤ ਨਾਮ ਤੇਰਾ ਜਪੀ ਦਿਨ ਰਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਵੇ ਸੋ ਨਿਹਾਲ
ਮੋਹਨ ਸਿੰਘ ਜੀ ਖੇੜਾ ਆਪ ਸੰਗਤਾਂ ਨੂੰ ਸੰਬੋਧਨ ਕਰਨਗੇ। ਢੱਲੇ ਆਵੇ ਨਾਨਕਾ ਸੱਦੇ ਉਪਜਾਈ ਦੇ ਮਹਾਂਵਾਕ ਅਨੁਸਾਰ ਜਿੰਨੇ ਸਾਸਾ ਰੂਪੀ ਪੂੰਜੀ ਮੇਰੇ ਵੱਡੇ ਵੀਰ ਜਗਪਾਲ ਸਿੰਘ ਉਹਨਾਂ ਨੂੰ ਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ ਸੀ ਉਹ ਭੋਗ ਕੇ ਗੁਰੂ ਚਰਨਾਂ ਵਿੱਚ ਜਾ ਪਾਉਂਦੇ। ਸੋ ਸਤਸੰਗ ਜੀ ਗੁਰੂ ਮਹਾਰਾਜ ਦਾ ਪਰਵਾਨਾ ਜੋ ਉਪਜਿਓ ਸੋ ਬਿੰਸ ਹੈ। ਜੋ ਇਨਸਾਨ ਦੁਨੀਆਂ 'ਤੇ ਆਇਆ ਅਟਲ ਸੱਚਾਈ ਆ ਰੀਤ ਨੇ ਉਹਨਾਂ ਨੇ ਪੂਰੇ ਤੋਂ ਕੁਛ ਕਰ ਜਾਣਾ, ਰਾਜੇ ਮਹਾਰਾਜਿਆਂ ਨੇ ਵੀ ਜਾਣਾ, ਪੀਰਾਂ ਫਕੀਰਾਂ ਨੇ ਵੀ ਜਾਣਾ। ਗੁਰੂ ਦਾ ਪ੍ਰਮਾਣ ਹੈ ਰਾਣਾ ਰੰਗ ਨਾ ਕੋ ਰਹੇ ਰੰਗ ਨਾ ਤੁਹਾਨੂੰ ਫਕੀਰ ਬਾਹਰੀ ਆ ਕੋ ਆਪਣੀ ਕੋਈ ਨਾ ਮੰਦੇ ਧੀ। ਸੋ ਸਤਸੰਗ ਜੀ ਜਿਸ ਤਰ੍ਹਾਂ ਜ਼ਿਮੀਂਦਾਰ ਫਸਲ ਬੀਜਦਾ ਉਹਦੀ ਮਰਜ਼ੀ ਹੁੰਦੀ ਆ, ਚਾਹੇ ਉਹਨੂੰ ਕੱਚਿਆਂ ਚਾਹੇ ਉਹਨੂੰ ਪੱਕਿਆਂ ਜਦ ਮਰਜ਼ੀ ਕੱਟ ਲਵੇ, ਇਸ ਤਰ੍ਹਾਂ ਜੀਵ ਰੂਪੀ ਫਸਲ ਪਰਮਾਤਮਾ ਦੀ ਫਸਲ ਹੈ ਉਹਦੀ ਮਰਜ਼ੀ ਹੈ। ਸਾਡਾ ਰੋਸ ਵੀ ਕੀ ਹੈ ਜਿਸ ਕੀ ਵਰਤ ਸੋਈ ਨਾ ਜਾਏ ਰੋਸ ਕਿਸੇ ਸੇ ਕੀਜੇ। ਸੋ ਸਤਸੰਗ ਜੀ ਬਹੁਤ ਹੀ ਮਿਲਾਪੜੇ ਸੁਭਾਅ ਦੇ ਮਿਲਣਸਾਰ ਅਤੇ ਉਦਮੀ ਇਨਸਾਨ ਸਨ। ਸੋ ਅਸੀਂ ਪਿੰਡ ਰਾਮਪੁਰ ਤੋਂ ਅਤੇ ਇਹ ਪਿੰਡ ਭਗਮੂਹੀ ਤੋਂ ਤਕਰੀਬਨ 1965-66 ਦੇ ਵਿੱਚ ਇੱਥੇ ਆਏ। ਮੈਂ ਬੜਾ ਨੇੜੇ ਹੋ ਕੇ ਇਸ ਪਰਿਵਾਰ ਦੇ ਨਾਲ ਮੈਂ ਵਰਤਿਆ, ਨੇੜੇ ਹੋ ਕੇ ਦੇਖਿਆ, ਬਹੁਤ ਹੀ ਮਿਲਣਸਾਰ ਅਤੇ ਉਦਮੀ ਇਨਸਾਨ ਸੀ। ਪਰਿਵਾਰ ਨੂੰ ਇੱਕ ਨਾਂ ਪੂਰਾ ਹੋਣ ਵਾਲਾ ਘਾਟਾ ਪਿਆ ਜਿਸਨੂੰ ਕਿ ਅਸੀਂ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਸੋ ਬਜ਼ੁਰਗ ਪਰਿਵਾਰ ਦੀ ਪ੍ਰੋਪਰਟੀ ਹੁੰਦੇ ਆ, ਜਦੋਂ ਬਜ਼ੁਰਗ ਸਦਾ ਲਈ ਚਲੇ ਜਾਣ ਤਾਂ ਉਸ ਖਾਲੀ ਜਗ੍ਹਾ ਨੂੰ ਭਰਨ ਵਾਸਤੇ ਪਰਿਵਾਰ ਨੂੰ ਬੜੇ ਉਪਰਾਲੇ ਕਰਨੇ ਪੈਂਦੇ ਨੇ। ਸੋ ਮੈਂ ਸਮਝਦਾ ਵੀ ਇਹ ਜਿਹੜਾ ਪਰਿਵਾਰ ਹੈ ਭਾਈ ਸਵਰਗ ਸਵਰਗੀ ਸਰਦਾਰ ਜੋ ਬਜ਼ੁਰਗ ਸਰਦਾਰ ਸਰਦਾਰ ਸਿੰਘ ਤੋਂ ਬਾਅਦ ਇਹਨਾਂ ਤਿੰਨੇ ਭਰਾਵਾਂ ਨੇ, ਵੱਡੇ ਭਰਾ ਸਰਦਾਰ ਇਹਨਾਂ ਨੇ ਵੱਡੇ ਭਰਾ ਸਰਦਾਰ ਪਹਿਚਾਣ ਦੇ ਮਹਿਤਾਜ ਨੇ, ਇਹਨਾਂ ਨੇ ਉਹਨਾਂ ਨੂੰ ਵੱਡੇ ਭਰਾ ਨੂੰ ਬਜ਼ੁਰਗਾਂ ਸਮਾਨ ਮੰਨਿਆ। ਸੋ ਉਹਨਾਂ ਨੇ ਵੀ ਇਹਨਾਂ ਨੂੰ ਬੱਚਿਆਂ ਵਾਲਾ ਪਿਆਰ ਦਿੱਤਾ। ਸੋ ਮੇਰੇ ਨਾਲ ਅਫਸੋਸ ਕਰ ਰਹੇ ਸੀ, ਕਹਿੰਦੇ ਮਨਮੋਹਨ ਸਿੰਘ ਮੇਰੇ ਤੋਂ 22 ਸਾਲ ਛੋਟੇ ਸੀ। ਸੋ ਸਤਸੰਗ ਜੀ ਮੈਂ ਸਮਝਣਾ ਕਿਸੇ ਜਾਣ ਪਹਿਚਾਣ ਦਾ ਮਹਿਤਾਜ ਨਹੀਂ, ਬੜੀ ਇਹਨਾਂ ਦੀ ਦੇਣ ਆ ਸਾਡੇ ਇਲਾਕੇ ਨੂੰ। ਸੋ ਸਵਰਗੀ ਸਤਿਕਾਰਯੋਗ ਮਾਤਾ ਹਰਪਾਲ ਕੌਰ BGO ਰਿਟਾਇਰ ਜਿਨ੍ਹਾਂ ਨੇ ਬੜੀ ਨਿਸ਼ਕਾਮ ਇੱਥੇ ਸੇਵਾ ਕੀਤੀ ਆ, ਪਹਿਲਾਂ ਮੁੱਖ ਟੀਚਰ ਰਹੇ ਅਤੇ ਉਸ ਤੋਂ ਬਾਅਦ BGO ਬਲੋਕ ਐਜੂਕੇਸ਼ਨ ਅਫਸਰ ਦੇ ਤੌਰ ਦੇ ਉੱਤੇ ਇੱਥੇ ਆਪਣਾ ਲੰਮਾ ਸਮਾਂ ਉਹਨਾਂ ਨੇ ਸੇਵਾ ਕੀਤੀ। ਸੋ ਇਸੇ ਤਰ੍ਹਾਂ ਮੈਂ ਮਸਕੀਨ ਜੀ ਦੀ ਕਤਲ ਸੁਣ ਰਿਹਾ ਸੀ। ਸੋ ਮਸਕੀਨ ਜੀ ਕਹਿ ਰਹੇ ਸੀ ਵੀ ਤਿੰਨ ਪ੍ਰਕਾਰ ਦੇ ਬੰਦੇ ਇੱਥੇ ਆਉਂਦੇ ਨੇ। ਸੋ ਸਤਸੰਗ ਜੀ ਇੱਕ ਤਾਂ ਉਹ ਇਨਸਾਨ ਹੁੰਦੇ ਆ ਜਿਹੋ ਜਿਹੇ ਕਿ ਦੁਨੀਆਂ 'ਤੇ ਆਏ ਅਤੇ ਉਹ ਜਿਹੇ ਚਲੇ ਗਏ, ਨਾ ਉਹਨਾਂ ਨੇ ਵਿੱਚ ਲਿਆ ਨਾ ਦਿੱਤਾ। ਸੋ ਇੱਕ ਸਤਸੰਗ ਜੀ ਉਹ ਇਨਸਾਨ ਹੁੰਦੇ ਆ ਜਿਹੜੇ ਗੁਰੂ ਦੇ ਆਸੇ ਮੁਤਾਬਕ ਆਪਣਾ ਜੀਵਨ ਬਤੀਤ ਕਰਕੇ ਦੂਜਿਆਂ ਲਈ, ਗਰੀਬਾਂ ਲਈ, ਦੁਖੀਆਂ ਲਈ, ਦੇਸ਼ ਲਈ, ਧਰਮ ਲਈ ਕੁਛ ਕਰ ਜਾਂਦੇ ਨੇ। ਸੋ ਇੱਕ ਉਹ ਲੋਕ ਹੁੰਦੇ ਆ ਜਿਨ੍ਹਾਂ ਦੀ ਜ਼ਮੀਰ ਮਰ ਜਾਂਦੀ ਆ। ਸੋ ਸਤਸੰਗ ਜੀ ਉਹ ਲੋਕ ਹੁੰਦੇ ਜਿਨ੍ਹਾਂ ਦਾ ਕੋਈ ਸਾਥ ਸੰਬੰਧੀ ਮਿੱਤਰ ਦੋਸਤ ਰਿਸ਼ਤੇਦਾਰ ਜਾਂ ਉਹਨਾਂ ਦਾ ਧਰਮ ਨਹੀਂ ਆਉਂਦਾ। ਸੋ ਉਹਦੇ 'ਚ ਇਹ ਗੱਲ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਭਾਈ ਜਗਪਾਲ ਸਿੰਘ ਉਹਨਾਂ ਨੇ ਗੁਰੂ ਦੇ ਨਾਲ ਲੱਗ ਕੇ, ਗੁਰੂ ਦੀ ਪਹੁਲ ਲੈ ਕੇ ਜੀਵਨ ਬਤੀਤ ਕੀਤਾ। ਇਮਾਨਦਾਰੀ ਨਾਲ ਦਸਾਂ ਦੋਹਾਂ ਦੀ ਕਿਰਤ ਕਰਕੇ ਆਪਣੇ ਬੱਚਿਆਂ ਨੂੰ, ਆਪਣੇ ਸਮੁੱਚੇ ਪਰਿਵਾਰ ਨੂੰ, ਸਮੁੱਚੇ ਪਰਿਵਾਰ ਨੂੰ ਸਮਾਜ ਦੇ ਹਾਨੀ ਬਣਾਉਣ ਵਾਸਤੇ ਉਪਰਾਲਾ ਕੀਤਾ। ਸੋ ਸਾਰੇ ਇਹਨਾਂ ਦੇ ਜਿਹੜੇ ਬੱਚੇ ਨੇ ਉਹ ਮੈਂ ਸਮਝਣਾ ਭਾਈ ਹਰਜਿੰਦਰ ਸਿੰਘ ਹੁਣ ਆ ਕੇ ਸੁਸ਼ੀਲ ਸਿੰਘ ਦੇ ਪ੍ਰਧਾਨ, ਕੁਲਜਿੰਦਰ ਸਿੰਘ, ਅਮਰਪਾਲ ਸਿੰਘ ਸਾਰਿਆਂ ਨੂੰ ਸਤਸੰਗ ਜੀ ਮੈਂ ਸਮਝਣਾ ਸਰਦਾਰ ਕੇਸਰ ਸਿੰਘ ਉਹਨਾਂ ਨੂੰ ਬਜ਼ੁਰਗ ਮੰਨ ਕੇ ਉਹਨਾਂ ਦੀ ਦੇਖ ਰੇਖ ਦੇ ਹੇਠ ਇਹਨਾਂ ਨੇ ਬੁਲੰਦੀਆਂ ਨੂੰ ਛੂਹਿਆ। ਅੱਜ ਆਪਾਂ ਸਮੁੱਚੇ ਤੌਰ 'ਤੇ ਵਿਛੜੀ ਹੋਈ ਆਤਮਾ ਨੂੰ ਸ਼ਰਧਾ ਸਤਿਕਾਰ ਭੇਟ ਕਰਨ ਵਾਸਤੇ ਸਤਸੰਗ ਜੀ ਗੁਰੂ ਦੀ ਹਜ਼ੂਰੀ ਦੇ ਵਿੱਚ ਤੁਸੀਂ ਸਾਰੇ ਪਹੁੰਚਿਓ। ਵੱਖ ਵੱਖ ਸੰਸਥਾਵਾਂ ਦੇ ਮੁਖੀ ਸਾਹਿਬਾਨ ਜਿਨ੍ਹਾਂ ਨੂੰ ਸਮੇਂ ਦੀ ਘਾਟ ਕਰਕੇ ਅਸੀਂ ਸਮਾਂ ਨਹੀਂ ਦੇ ਸਕਦੇ, ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਨਿੱਜੀ ਗੋਚ ਸ਼ੋਕਮਈ ਸਭਾ 'ਚ ਬੈਠੀਆਂ ਮੇਰੀਆਂ ਸਤਿਕਾਰਯੋਗ ਮਾਤਾਓ, ਭੈਣੋ ਅਤੇ ਭਰਾਓ, ਅੱਜ ਆਪਾਂ ਸਾਰੇ ਉਸ ਦਰਵੇਸ਼ ਸ਼ਖਸੀਅਤ ਸਰਦਾਰ ਜਗਪਾਲ ਸਿੰਘ ਜੋ ਕਿ ਕੁਛ ਦਿਨ ਪਹਿਲਾਂ ਆਪਾਂ ਨੂੰ ਸਰੀਰਕ ਵਿਛੋੜਾ ਲੈ ਗਏ, ਅੱਜ ਦੇ ਡੇਟ ਦੀ ਹਾਲਤ ਦੇ ਵਿੱਚ ਜੀਵਨ ਸਮਾਨ ਕਰਦਾ ਹੈ।
ਇਹਨਾਂ ਨੇ ਇੰਨੀ ਮਿਹਨਤ, ਕਿਉਂਕਿ ਸਰਦਾਰ ਕੇਸਰ ਸਿੰਘ ਜੋ ਕਿ ਇਹਨਾਂ ਦੇ ਵੱਡੇ ਭਰਾ ਸੀ, ਭਰਾ ਨੇ ਉਹ ਟੀਚਿੰਗ ਲਾਈਨ ਸੀ, ਇਹ ਖੇਤੀਬਾੜੀ ਕਰਦੇ ਸੀ, ਔਰ ਇਹਨਾਂ ਨੇ ਆਪਣੀ ਮਿਹਨਤ ਦਾ ਸਦਕਾ ਔਰ ਸਰਦਾਰ ਕੇਸਰ ਸਿੰਘ ਦਾ ਆਸ਼ੀਰਵਾਦ ਉਸ ਦੀ ਬਦੌਲਤ ਅੱਜ ਕਿ ਪਰਿਵਾਰ ਅੱਜ ਦਾ ਇਕੱਠ, ਅੱਜ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ, ਸਾਰਾ ਇਲਾਕਾ ਬੈਠਾ, ਉਸੇ ਕਰਕੇ ਬੈਠਾ ਕਿ ਇਸ ਪਰਿਵਾਰ ਨੇ ਆਪਣਾ, ਚਾਹੇ ਉਹ ਸਮਾਜਿਕ ਖੇਤਰ ਸੀ, ਚਾਹੇ ਉਹ ਜ਼ਿਮੀਂਦਾਰਾਂ ਦਾ ਖੇਤਰ ਸੀ, ਚਾਹੇ ਉਹ ਵਪਾਰ ਦਾ ਖੇਤਰ ਸੀ, ਸਾਰੇ ਪਾਸੇ ਆਪਣੀ ਪਰਿਵਾਰ ਨੂੰ ਉਚਾਈਆਂ ਵੱਲ ਲੈ ਕੇ ਗਏ। ਕਿਉਂਕਿ ਸਾਹਿਬ ਕੇਸਰ ਸਿੰਘ ਜੀ ਜਿਨ੍ਹਾਂ ਨੇ ਆਪਣੇ ਬਜ਼ੁਰਗ ਹੀ ਮੰਨਦੇ ਸੀ, ਰਜਿੰਦਰ ਤਾਂ ਹੁਣ ਵੀ ਜਦੋਂ ਬਗੈਰ ਸਾਹਿਬ ਕੇਸਰ ਨੂੰ ਡੈਡੀ ਦਾ ਹੀ ਕਹਿ ਕੇ ਬੁਲਾਉਂਦੇ ਆ, ਸਾਡਾ ਪਰਿਵਾਰ ਹੀ ਉਹਨਾਂ ਦਾ ਮਾਣ ਸਤਿਕਾਰ ਇੰਨਾ ਸੀ, ਇੰਨਾ ਕਿ ਸਰਦਾਰ ਰਜਿੰਦਰ ਸਿੰਘ ਨੇ ਜਿਹੜੀ ਤਰੱਕੀ ਕੀਤੀ ਆ ਉਹਦੇ ਵਿੱਚ ਉਹਨਾਂ ਦਾ ਵੀ ਬਹੁਤ ਵੱਡਾ ਰੋਲ ਹੈ। ਅੱਜ ਆਰਟੀ ਐਸੋਸੀਏਸ਼ਨ ਦੇ ਰਜਿੰਦਰ ਸਿੰਘ ਨੂੰ ਸੱਚਾ ਸਰ, ਆਰਟੀ ਐਸੋਸੀਏਸ਼ਨ ਸੱਚਾ ਸਰ ਦਾ ਜਿਹੜਾ ਪ੍ਰਧਾਨ ਬਣਾਇਆ ਗਿਆ, ਔਰ ਇਸੇ ਕਰਕੇ ਕਿ ਜਿਹਦੇ ਵਿੱਚ ਕੋਈ ਕਾਬਲੀਅਤ ਦਿੱਤੀ ਹੈ ਤਾਂ ਹੀ ਮੰਡੀ ਨੇ ਇਹਨਾਂ ਤੋਂ ਤੁਰ ਸਕਦੀ। ਸੋ ਮੈਂ ਆਪਣੀ ਤਰਫੋਂ ਕਿਉਂਕਿ ਸਾਹਿਬ ਅਮਰੀਕ ਸਿੰਘ ਜੀ ਜਦੋਂ ਸਾਡੇ ਸਰਕਾਰ ਜੋ ਮੈਂ ਪਹਿਲੋਂ ਵੀ ਇਸ ਪਰਿਵਾਰ ਦੇ ਬਹੁਤ ਜ਼ਿਆਦਾ ਨੇੜੇ ਆ, ਉਹ ਵੀ ਬਾਹਰ ਗਏ ਹੋਏ ਆ, ਮੈਂ ਉਹਨਾਂ ਦੀ ਤਰਫੋਂ ਵੀ ਆਪਣੀ ਤਰਫੋਂ ਆਪਣੀ ਕੌਂਸਲ ਦੀ ਤਰਫੋਂ ਉਸ ਬਹਿ ਉੱਤੇ ਚਰਨਾਂ 'ਚ ਅਰਦਾਸ ਬੇਨਤੀਆਂ ਕਰਦਾ ਕਿ ਪਰਮਾਤਮਾ ਉਸ ਵਿੱਚ ਗਰੀਬ ਲੋਕ ਆਪਣੇ ਚਰਨਾਂ ਦੇ ਵਾਸ ਨੇ ਔਰ ਪਿੱਛੇ ਪਰਿਵਾਰ ਨੂੰ ਮਹਾਨ ਹੁੰਦਾ ਕਰਦਾ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਜਗਪਾਲ ਸਿੰਘ ਜੀ ਜੀ ਅਰਦਾਸ ਵਿੱਚ ਸ਼ਾਮਲ ਹੋਣ ਲਈ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਆਦਰੀਆਂ ਲਵਾ ਰਹੇ। ਮੈਂ ਤੁਹਾਡੇ ਸਾਰਿਆਂ ਦੇ ਨਾਲ ਕਿਉਂਕਿ ਅਰਦਾਸ ਕੀਤੀ ਹੈ ਸੱਚੇ ਪਾਤਸ਼ਾਹ ਇਸ ਆਤਮਾ ਨੂੰ ਆਪਣੇ ਚਰਨਾਂ 'ਚ ਨਵਾਜ਼ ਸਕਸ਼ ਔਰ ਪਿੱਛੇ ਪਰਿਵਾਰ ਨੂੰ ਪਾਣਾ ਹੁੰਦਾ ਪ੍ਰਦਰਸ਼ਨ। ਇਸ ਕਾਰਨ ਕੋਈ ਸ਼ਰਮ ਕੋਈ ਬੜਾ ਨਹੀਂ, ਜੋ ਬੜਾ ਇਸ ਸੰਸਾਰ 'ਤੇ ਆਇਆ ਉਹਨੇ ਆਪਣੇ ਧਿਆਨ ਜਾਣਾ, ਜੋ ਗੁਰੂ ਮਹਾਰਾਜ ਨੇ ਸਵਾਸਾਂ ਦੀ ਪੂਰੀ ਖੁਸ਼ੀ ਹੈ, ਜਦੋਂ ਉਹ ਖਤਮ ਹੋ ਜਾਏ ਜੋ ਗੁਰੂ ਮਹਾਰਾਜ ਨੇ ਅਨਜਾਣੇ ਦੀ ਰਾਹ ਬਖਸ਼ੀ ਹੈ ਜਦੋਂ ਉਹ ਖਤਮ ਹੋ ਜਾਏ, ਔਰ ਤੀਸਰਾ ਜਦੋਂ ਉਹ ਅਸਮਾਨ ਆ ਜਾਵੇ। ਕਈ ਵਾਰ ਆਪਾਂ ਦੇਖਦੇ ਹਾਂ ਕਿ ਕੋਈ ਇਨਸਾਨ ਜਮਦਾ ਕਿਤੇ ਹੈ, ਜਮਾਨ ਕਿਤੇ ਹੁੰਦਾ ਹੈ, ਇਸ ਜੀਵਨ ਕਿਤੇ ਬਤੀਤ ਕਰਦਾ ਹੈ, ਔਰ ਅੰਤ ਕਿਸੇ ਐਸੇ ਥਾਂ 'ਤੇ ਹੁੰਦਾ ਕਿ ਕਦੇ ਸੋਚਿਆ ਨਹੀਂ ਜਾ ਸਕਦਾ ਕਿ ਐਸੇ ਇਨਸਾਨ ਦੀ ਐਸੇ ਥਾਂ 'ਤੇ ਮੌਤ ਵੀ ਹੋ ਸਕਦੀ ਹੈ। ਇੱਕ ਮੌਤ ਹੁੰਦੀ ਹੈ, ਮੌਤ ਦੇ ਆਉਣਾ ਹੀ ਆਉਂਦਾ ਹੈ। ਤੋ ਮਾਏ ਸੰਤ ਬਾਣੀ ਵਿੱਚ ਵੀ ਸਾਨੂੰ ਸੇਧ ਦਿੱਤੀ ਗਈ ਹੈ, ਜੋ ਆਇਆ ਸੋ ਚੱਲ ਸੀ ਸਾਹਮਣੇ ਆਈ ਬਾਤ। ਗੁਰੂ ਮਹਾਰਾਜ ਕਹਿੰਦੇ ਆ ਇਸ ਨਾਲ ਕੀਤਾ ਦੋਸਤੀ ਨੂੰ ਸੱਚ ਦੇ ਚਰਨ ਆਪਣਾ ਇਹਨਾਂ ਦੇ ਚਰਨ ਸਭਨ ਸੌ ਰਹੇ ਵੰਦਣਾ ਸਭ ਬਣਾਉਣਾ। ਇਸ ਲਈ ਸੰਸਾਰ ਤੋਂ ਜੋ ਕਰਨੀ ਆਇਆ ਉਸ ਨੇ ਜਾਣਾ ਹੀ ਜਾਣਾ ਹੈ। ਜਿਵੇਂ ਕਿ ਮੇਰੇ ਪੱਤਰਾਂ ਦਾ ਕਿਹਾ ਗਿਆ ਕਿ ਸਰਦਾਰ ਕੇਸਰ ਸਿੰਘ ਜੀ ਹੋਣਾ ਹਾਂ ਉਹਨਾਂ ਦੀ ਸਭ ਤੋਂ ਸ਼ਰਾਬ ਮੇਰੇ ਇਸ ਪਰਿਵਾਰ ਨੇ ਇੱਕ ਤਰੱਕੀ ਕੀਤੀ ਹੈ, ਔਰ ਮੇਰਾ ਇਸ ਪਰਿਵਾਰ ਦੇ ਨਾਲ ਕਾਫੀ ਸਮੇਂ ਤੋਂ ਜਦੋਂ ਮੈਂ ਆਪਣੀ ਸੁਣਦੇ ਮੈਨੂੰ ਕੇਸ ਸਰਕੇ ਦੀ ਸੇਵਾ ਕਰਨ ਲਈ ਆਇਆ, ਉਦੋਂ ਤੋਂ ਇਸ ਪਰਿਵਾਰ ਦੇ ਨਾਲ ਮੇਰਾ ਸੰਬੰਧ ਰਿਹਾ। ਤੋ ਮੈਂ ਦੇਖਿਆ ਕਿ ਜਿਸ ਤਰੀਕੇ ਨਾਲ ਇਹ ਸੇਵਾ ਕਰਦੇ ਨੇ, ਸਮਾਜ ਦੀ ਸੇਵਾ ਕਰਦੇ ਨੇ, ਉਸ ਤਰੀਕੇ ਨਾਲ ਮੈਂ ਸਮਝਿਆ ਕਿ ਵਾਕਿਆ ਸਰਦਾਰ ਜਗਪਾਲ ਸਿੰਘ ਜੀ ਉਹਨਾਂ ਨੇ ਸਰਦਾਰ ਕਰਤਾਰ ਸਿੰਘ ਜੀ ਦੇ ਆਸ਼ੇ ਅਨੁਸਾਰ ਇਸ ਸਮਾਜ ਦੀ ਸੇਵਾ ਕੀਤੀ ਹੈ। ਤੋ ਮੈਂ ਇਸ ਸੰਗਤਾਂ ਦਾ ਇੱਕੋ ਗੱਲ ਕਿਹਾ ਕਿ ਪਰਿਵਾਰ ਕਰਮਾਂ ਕਰਕੇ ਤੁਹਾਡੇ ਲੋਕ ਮਾਨ ਕਰਦੇ, ਕਿਉਂਕਿ ਮੈਂ ਮਹਿਸੂਸ ਕਰਦਾ ਕਿ ਅੱਜ ਜੋ ਇਹ ਨਾ ਸਮਝ ਲਿਆ ਕੋਈ ਜਿਹੜਾ ਭੈਣ ਭਰਾ ਦੇ ਵਿੱਚ
का कोई कारण है, ये ठीक है, ये कोई बुजुर्ग भी ऐसे हो सकते हैं जिन्होंने माता पिता को सो, लेकिन ये भी एक सच है कि जो बड़ा मान सत्कार समाज में गुरु शास्त्री बलावट वाहू जी का खालसा वाहू जी की फतेह। अज आप सत्कार सारे सारे लोग सत्कार बापू जगपाल सिंह जी जिन्हें वाहगुरु पासों सुरसा की गुरी बख्शी गई सी उस पूरा करते हुए गुरु चरण के जाना जी ने अच्छा का सत्कार भेंट करते हुए दर्शन कर। मैं ज्यादा समा नहीं कहना क्योंकि समा भी बहुत बच गया और पहले सारे बुलाए थे बापू जी ने जीवन बारे सच्चे परिवार ने जीवन बारे समाज की की सेवा बारे आप सारे चरणा पाया क्योंकि जो परिवार है सारे का जाने पछाने परिवार है इस वेट लागे चाहते रहे बहुत ही सख्त मेहनत की है सारे भरावान का प्यार फाप के रूप मिलता अज का कट इस घर की दवाई करता है इस परिवार ने अमृतसर सुखी सुचे परिवार ने प्यार फाप बोल के दिखाते हैं जिते अपना जो प्यार है इस इलाके वंडिया और मैं समझा कि उन्होंने पाए हुए मूटियां दिखे उन्होंने बेटा सरदार अजिंदर सिंह जी जो आप ही एसोसीएशन पाठशाला साहब के प्रधान है वह भी मैं समझा कि समाज के अपना जो योगदान है उस सुचा परिवार पा रहे हैं। सो मैं इन बेनती करता है गुरु महाराज के चरणों के आप सारे मिला के अरदास बेनती की है कि बापू जगपाल सिंह जी अपने चरणों में दवा के और पिछले परिवार में साफ सुथरे भारत का मालूम चलो वाहू जी का खालसा वाहू जी ग्रंथ साहब जी दीपावली सर गुरपाल सिंह उन्हों की अंतम अरदास गुरबैठी गुरु साहब सिंह वाहू जी का खालसा वाहू जी की फतेह। जो किसी परिवार कोई बुजुर्ग जाता है तो एक बहुत बड़ा असासा उस परिवार का खिस जाता है जिंदगी का तजर्बा जिसे बुजुर्ग ने बच्चों वाच करना होता है कोई गुराहे ना पै जाए रोकना होता है वो तो सकना हो जाता है। जितों तक परिवार का सवाल है मैं एक गल जरूर कह सकागा ये परिवार उस वे आके इतने वसया वेट में जो वेट बहुत पछड़िया इलाका कहा जाता है अज उ वेट इस पीढ़ी की मेहनत सदका दूजे सारे इलाकों नालों अगे इस परिवार का जो अज समाज की शान है वो सारा साडा सारिया का प्यार इस परिवार नाल सने वो दसदा है जिनी वड्डी गिणती में तुसी सारे बुलाउण आए जिथे किसी नूं कोई उंस हुंदी है खिच हुंदी है किसी नाल लगाव हुंदा है उत्थे असी खुशी गमी विच उस तरह ही परिवारां दे नाल शेयर करन वास्ते जाने एडी वड्डी गिणती चाहे हो इह इस तों वड्डा होर सबूत कोई नहीं हो सकता कि परिवार ने अपनी मेहनत नाल अपने रसूख नाल सारे इलाके च खुशबू वंडी है। वाहिगुरू मेहर करे जिस तरह मेरे को पहला सारे ने जिक्र किया है जे पुराने समाजिक कदरां कीमतां नाल जुड़िया परिवार इसे करके सर रघुपाल सिंह सर केसर सिंह नूं अपने बाप का दर्जा दिंदे रहे बच्चे भी उस तरह सत्कार करते रहे इतों कुछ सीखना बनता है। अज ये गल्लां परिवारां दे विचों गायब हो रही है वाहिगुरू मेहर करे ये परिवार बहुत तरक्कियां करे और जिहड़ा ये घाटा पिया है वो बर्दाश्त करने वास्ते इन्हां नूं शुद्ध बुद्धि ते समर्था बख्शे। मैं अपने वालों ते अपनी जथेबंदी वालों जिते
ਸਰਦਾਰ ਜਗਪਾਲ ਸਿੰਘ ਉਹਨਾਂ ਦੀ ਆਤਮਾ ਦੀ ਸ਼ਾਂਤੀ ਲਈ ਸਤਿਗੁਰਾਂ ਦੇ ਜਾਗਰ ਅਰਦਾਸ ਕਰਦਾ, ਉੱਥੇ ਮੈਂ ਪਰਿਵਾਰ ਨਾਲ ਦੁੱਖ ਸਾਂਝਾ ਕਰਦਾ। ਇਹਨਾਂ ਕਹਿੰਦਾ ਜੀਵਨ ਕਰਨਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਸਤਿਕਾਰਯੋਗ ਤੁਹਾਡੇ ਵੀ ਸਰਦਾਰ ਜਗਪਾਲ ਸਿੰਘ ਜੀ ਉਹਨਾਂ ਦੀ ਰੂਹ ਆਤਮਾ ਦੀ ਸ਼ਾਂਤੀ ਦੀ ਅਰਦਾਸ ਕਰਨ ਅਤੇ ਪਰਿਵਾਰ ਦਾ ਦੁੱਖ ਸਾਂਝਾ ਕਰਨ ਵਾਸਤੇ ਆਏ ਸੀ। ਮੋਬਾਈਲ ਭਾਈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਜੋ ਅੰਤਮ ਅਰਦਾਸ ਤੋਂ ਬਾਅਦ ਹੁਕਮਨਾਮਾ ਆਪਾਂ ਸਰਵੇ ਕੀਤਾ ਹੈ, ਉਹ ਸਾਡੇ ਸਾਰਿਆਂ ਦੇ ਉਪਦੇਸ਼ ਹੈ। ਬਾਦਸ਼ਾਹ ਸ਼ਾਹ ਵਪਾਰੀ ਮਰਨਾ ਜੋ ਦਿਸ਼ਾ ਸੋ ਕਾਲੇ ਨੇ, ਇਹ ਯੂਨੀਵਰਸਲ ਟਰੁੱਥ ਹੈ, ਸੰਸਾਰ ਦਾ ਸੱਚ ਹੈ ਕਿ ਜੋ ਉਪਜਿਓ ਸੋ ਬਣਸ਼ਾ। ਔਰ ਇਹ ਵੀ ਸੱਚ ਹੈ ਕਿ ਵਿਤਕਰਾ ਮੌਤ ਕਿਸੇ ਨਾਲ ਨਹੀਂ ਕਰਦੀ। ਅਕਾਲ ਪੁਰਖ ਨੇ ਜਿੰਨੇ ਸਵਾਸ ਜਿਸ ਜੀ ਨੂੰ ਬਖਸ਼ੇ ਨੇ, ਇਹ ਕਿਸੇ ਨਾਲ ਰਾਇਤ ਕਰਨੀ ਅਤੇ ਕਿਸੇ ਨਾਲ ਰਾਇਤ ਕਰਨੀ, ਉਹਦੇ ਬਾਰੇ ਸਤਿਗੁਰੂ ਜੀ ਨੇ ਵਚਨ ਕਹੇ ਨੇ ਕਿ ਰਾਜਾ ਪੰਜਾ ਸਮਧਨ ਮਾਰਗ ਐਸੋ ਕਾਲ ਵਡਾਣੀ। ਇਹ ਜੋ ਵਿਧੀ ਵਿਧਾਨ ਅਕਾਲ ਪੁਰਖ ਦਾ ਜੁਗਾ ਜਗੰਤਰਾ ਤੋਂ ਜਦ ਤੋਂ ਬਣ ਕੇ ਅਸੀਂ ਜੀ ਸਾਡੀ ਇਹ ਚੱਲਿਆ ਆਉਂਦਾ, ਉਸੇ ਤਹਿਤ ਅਸੀਂ ਸੰਸਾਰ ਚਾਹੁੰਦੇ ਹਾਂ, ਉਹਦੇ ਹੁਕਮ ਤੱਕ ਚਲੇ ਜਾਂਦੇ ਹਾਂ। ਔਰ ਉਸੇ ਹੀ ਸਿਲਸਿਲੇ ਵਿੱਚ ਕਹਿ ਲਈਏ, ਉਸੇ ਲੜੀ ਵਿੱਚ ਕਹਿ ਲਈਏ, ਭੇਜੀ ਰੂਹ ਸਾਹਿਬ ਗੁਰਪਾਲ ਸਿੰਘ ਜੀ ਸੰਸਾਰ ਚ ਆਏ, ਜੋ ਕਿ ਜੀਵਨ ਉਹਨਾਂ ਨੇ ਪਰਿਵਾਰ ਅਤੇ ਸਮਾਜ ਸੰਸਾਰ ਚ ਵਿਚਰੇ ਨੇ। ਮੈਂ ਤੋਂ ਪਹਿਲਾਂ ਸਰਕਾਰ ਨੂੰ ਸਾਰੇ ਬੁਲਾਇਆ, ਪਰਿਵਾਰ ਬਾਰੇ ਖਾਸ ਤੌਰ 'ਤੇ ਸਾਹਿਬ ਗੁਰਪਾਲ ਸਿੰਘ ਜੀ ਬਾਰੇ ਬਹੁਤ ਕੁਛ ਕਿਹਾ ਗਿਆ ਅਤੇ ਬਹੁਤ ਕੁਛ ਕਿਹਾ ਜਾ ਸਕਦਾ, ਸਮਾਂ ਅੱਗੇ ਨਹੀਂ ਮਿਲਦਾ, ਕਿਉਂਕਿ ਤੁਸੀਂ ਸਾਰੇ ਉਹਨਾਂ ਦੇ ਬਹੁਤ ਨਜ਼ਦੀਕੀ ਉਹਨਾਂ ਸਜਾ ਤੋਂ ਹੁੰਦਾ ਅਤੇ ਸੁੱਖ ਵਿੱਚ ਸਾਰੇ ਬੈਠੇ ਹੋ, ਕਿ ਜਿਹਦੇ ਪਰਿਵਾਰ ਵਾਲੇ ਤੁਸੀਂ ਹਰ ਪੱਖੋਂ ਜਾਣਦੇ ਹੋ। ਸਰਕਾਰ ਦੇ ਮਾਸਟਰ ਕੇਸਰ ਸਿੰਘ ਜੀ ਉਹ ਵੱਡੇ ਨੇ, ਉਹਨਾਂ ਦਾ ਸਾਰਾ ਪਰਿਵਾਰ, ਆਹ ਸਾਹਿਬ ਗੁਰਪਾਲ ਸਿੰਘ ਜੀ ਦੇ ਸਪੁੱਤਰ ਸਾਡੇ ਜੋ ਸੱਚਾ ਸੌਦਾ ਆਪ ਦੇ ਸੁਰਸ਼ੀ ਮਾਸੀ ਵਾਲਾ ਸਾਹਿਬ ਦੇ ਪ੍ਰਧਾਨ ਸਾਡਾ ਜਿੰਦਰ ਸਿੰਘ ਜੀ ਅਤੇ ਉਹਨਾਂ ਦੇ ਸਾਰੇ ਉਹ ਬੱਚੇ ਪਰਿਵਾਰ, ਅੱਜ ਰਾਇਸਤਾ ਦਾ ਪ੍ਰਕੋਣਾ ਪਾਸੇ ਤੁਸੀਂ ਸਾਰੇ ਆਏ ਹੋ। ਰਾਤ ਸਾਬਾ ਸਿੰਘ ਜੀ ਨੂੰ ਅਰਦਾਸ ਕੀਤੀ ਹੈ ਔਰ ਰਾਤ ਨੇ ਜੀ ਆਪਣੇ ਉਹਨਾਂ ਸ਼ਬਦਾਂ ਸਤਿਕਾਰ ਭੇਟਾ ਆਪਣੇ ਸਿੰਘ ਜੀ ਜਥੇਬੰਦੀ ਸ਼੍ਰੋਮਣੀ ਸਰਕਾਰੀ ਅਕਾਲੀ ਦਲ ਦੇ ਸਦਕੇ ਜੀ ਉਹਨਾਂ ਵੱਲੋਂ ਸ਼ਰਧਾ ਸਤਿਕਾਰ ਭੇਟ ਕਰਦਾ ਹੋਇਆ ਪਰਿਵਾਰ ਵੱਲੋਂ ਸਾਡੇ ਕੇਸਰ ਸਿੰਘ ਜੀ, ਸਾਡੇ ਹਰਜਿੰਦਰ ਸਿੰਘ ਜੀ ਪ੍ਰਧਾਨ ਜੀ ਔਰ ਸਮੁੱਚੇ ਪਰਿਵਾਰ ਵੱਲੋਂ ਜਿਹੜੀ ਵੀ ਸੰਗਤ ਆਏ ਆ, ਭਾਵੇਂ ਉਹ ਰਾਜਨੀਤਿਕ ਔਰ ਸਮਾਜਿਕ ਧਾਰਮਿਕ ਵਪਾਰਕ ਇਸ ਨਗਰ ਦੇ ਰਾਜੇ ਦੇ ਸਾਰੇ ਕਟਵੰਤੇ ਸਿੰਘ ਭੈਣਾਂ ਦੇ ਪੰਜਾਬ ਸ਼ਾਸਨ ਵੀ ਤੁਸੀਂ ਆਏ ਹੋ, ਤੁਹਾਡਾ ਇੱਕ ਇੱਕ ਕਦਮ ਪਾਉਣਾ ਪਰਿਵਾਰ ਦੇ ਸਿਰ ਮੱਥੇ 'ਤੇ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਗੁਰਲਾ ਸਤਾਨੀ ਜੀਵਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ। ਅਤੇ ਸਮੁੱਚੀ ਸੰਗਤ ਨੂੰ ਸਰਦਾਰ ਕੇਸਰ ਸਿੰਘ ਉਹਨਾਂ ਦੇ ਪਰਿਵਾਰ ਵੱਲੋਂ ਬੇਨਤੀ ਆ ਵੀ ਜਿਨ੍ਹਾਂ ਨੇ ਲੰਗਰ ਨਹੀਂ ਛਕਿਆ, ਲੰਗਰ ਤਿਆਰ ਹੈ, ਚਾਹ ਦਾ ਲੰਗਰ ਵੀ ਤਿਆਰ ਹੈ, ਸਮੁੱਚੀ ਸੰਗਤ ਨੂੰ ਬੇਨਤੀ ਹੈ ਵੀ ਛਕ ਕੇ ਜਾਣਾ।